ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਬੱਚਿਓ ਸਵਾਗਤ ਹੈ ਚੈਨਲ ਵਿੱਚ ਤੇ ਅੱਜ ਆਪਾਂ ਕਰਾਂਗੇ ਜਮਾਤ 11ਵੀਂ ਦੇ ਜਿਹੜੇ ਸੱਦਾ ਪੱਤਰ ਹਨ ਪੇਪਰ ਵਿੱਚ ਆਉਣਗੇ ਤੁਹਾਨੂੰ ਉਹ ਕਰਨ ਲੱਗੇ ਆਪਾਂ ਜੋ ਕਿ ਤੁਹਾਨੂੰ ਇਸ਼ਤਿਹਾਰ ਸੀ ਜਿਹੜਾ ਆਪਾਂ ਪਿਛਲੀ ਉਹਦੇ ਵਿੱਚ ਵੀਡੀਓ ਚ ਕੀਤਾ ਸੀ ਤੇ ਸੱਦਾ ਪੱਤਰ ਅੱਜ ਕਰਾਂਗੇ ਜੋ ਆਪਾਂ ਕਿਸੇ ਨੂੰ ਵਿਆਹ ਦਾ ਸੱਦਾ ਪੱਤਰ ਦੰਨੇ ਹਾਂ ਜਾਂ ਕਿਸੇ ਘਰ ਵਿੱਚ ਕੋਈ ਆਪਣੇ ਛੋਟਾ ਮੋਟਾ ਫੰਕਸ਼ਨ ਹੁੰਦਾ ਉਸ ਦਾ ਉਸ ਦੇ ਲਈ ਆਪਾਂ ਬੁਲਾਉਣੇ ਹਾਂ ਕਿਸੇ ਨੂੰ ਮਤਲਬ ਰਿਸ਼ਤੇਦਾਰਾਂ ਨੂੰ ਜਾਂ ਹੋਰ ਰਿਲੇਟਿਵ ਨੂੰ ਤੇ ਉਹਦੇ ਵਾਸਤੇ ਕੀ ਹੈ ਆਪਾਂ ਸੱਦਾ ਪੱਤਰ ਦਿੰਨੇ ਹਾਂ ਤੇ ਉਹ ਕਰਾਂਗੇ ਅੱਜ ਆਪਾਂ ਤੇ ਅੱਜ ਆਪਾਂ ਕਰਨ ਲੱਗੇ ਆ ਵਿਆਹ ਦਾ ਸੱਦਾ ਪੱਤਰ ਵੀ ਵਿਆਹ ਲਈ ਜਿਹੜਾ ਹੈ ਆਪਾਂ ਕਿਸੇ ਨੂੰ ਕਿਵੇਂ ਇਨਵਾਈਟ ਕਰਨਾ ਹੈ ਤੇ ਸਭ ਤੋਂ ਪਹਿਲਾਂ ਕੀ ਲਿਖਦੇ ਆਪਾਂ ਉਸ ਵਿੱਚ ਲੱਖ ਖੁਸ਼ੀਆਂ ਪਾਤਸ਼ਾਹियां ਜੇ ਸਤਗੁਰ ਨਦਰ ਕਰੇ ਤੇ ਇਸ ਤਰ੍ਹਾਂ ਜਿਹੜਾ ਹੈ ਸਟਾਰਟਿੰਗ ਵਿੱਚ ਇਸ ਤਰ੍ਹਾਂ ਛੋਟਾ ਜਿਹਾ ਇੱਕ ਮਤਲਬ ਸ਼ਬਦ ਲਿਖਿਆ ਹੁੰਦਾ ਹੈ ਫਿਰ ਅੱਗੇ ਆਏਗਾ ਸਰਦਾਰ ਅਤੇ ਸਰਦਾਰਨੀ ਸਿਮਰਜੀਤ ਸਿੰਘ ਭੋਗਲ ਆਪਣੇ ਸੁਪੁੱਤਰ ਅ ਮਤਲਬ ਹਰਕੀਰਤ ਸਿੰਘ ਅਤੇ ਸਿਮਰਨ ਫਿਰ ਅੱਗੇ ਜਿਹੜੇ ਜਿਨ੍ਹਾਂ ਦਾ ਵਿਆਹ ਹੁੰਦਾ ਹੈ ਉਹਨਾਂ ਦੇ ਨੇਮ ਆ ਜਾਂਦੇ ਆ ਤੇ ਉਸ ਤੋਂ ਬਾਅਦ ਫਿਰ ਜਿਹੜਾ ਹੈ ਥੱਲੇ ਆਏਗਾ ਮਾਤਾ ਪਿਤਾ ਦਾ ਨਾਮ ਨੂੰ ਦਾ ਬੱਚਿਆਂ ਦਾ ਤੇ ਉਸ ਤੋਂ ਬਾਅਦ ਕੀ ਲਿਖਾਂਗੇ ਆਪਾਂ ਦੇ શુભ ਵਿਆਹ ਦੇ ਮੌਕੇ ਤੇ ਆਪ ਜੀ ਨੂੰ ਪਰਿਵਾਰ ਸਾਹਿਤ ਆਪਣੇ ਗ੍ਰਹਿ 315 ਪ੍ਰੀਤਨਗਰ ਪ੍ਰੀਤਨਗਰ ਜਲੰਧਰ ਵਿਖੇ ਦッセ ਪ੍ਰੋਗਰਾਮ ਅਨੁਸਾਰ ਸ਼ਾਮਿਲ ਹੋਣ ਲਈ ਬੇਨਤੀ ਕਰਦੇ ਹਾਂ ਤੇ ਤੁਸੀਂ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਇਸ ਸ਼ੁਭ ਘੜੀ ਦੇ ਮੌਕੇ ਤੇ ਪਹੁੰਚਣ ਦੀ ਜਰੂਰ ਕਿਰਪਾਲਤਾ ਕਰਨੀ ਜੀ ਤੇ ਇਸ ਤਰ੍ਹਾਂ ਬੱਚਿਓ ਕੀ ਹੈ ਇਹ ਜਿਹੜਾ ਆਪਾਂ ਸੱਦਾ ਪੱਤਰ ਇਸ ਤਰ੍ਹਾਂ ਲਿਖਾਂਗੇ ਜਿਵੇਂ ਵਿਆਹ ਦਾ ਕਾਰਡ ਹੁੰਦਾ ਉਸ ਕਿਸਮ ਦਾ ਇਹ ਸੱਦਾ ਪੱਤਰ ਹੈ ਤੇ ਅੱਗੇ ਲਿਖਾਂਗੇ ਅਸੀਂ ਸਨੇਹ ਅਤੇ ਸਤਿਕਾਰ ਨਾਲ ਤੁਹਾਡਾ ਇੰਤਜ਼ਾਰ ਕਰਾਂਗੇ ਫਿਰ ਅੱਗੇ ਆਪਾਂ ਪ੍ਰੋਗਰਾਮ ਲਿਖਾਂਗੇ ਵੇਰਵਾ ਪ੍ਰੋਗਰਾਮ ਦਾ ਵੀ ਜਿੰਨੇ ਤਰੀਕ ਨੂੰ ਤੁਹਾਡਾ ਫੰਕਸ਼ਨ ਹੈ ਘਰ ਵਿੱਚ ਉਸ ਵਾਰੇ ਲਿਖਾਂਗੇ ਜਿਵੇਂ ਕਿ 24 ਫਰਵਰੀ 2022 22 ਜਿੰਨਾ ਵੀ ਹੈ ਪੋਗ ਸ਼੍ਰੀ ਅਖੰਡ ਪਾਠ 10 ਵਜੇ ਗੁਰੂ ਕਾ ਲੰਗਰ ਉਸ ਤੋਂ ਬਾਅਦ ਫਿਰ ਆਪਣਾ ਡੇਟ ਲਿਖੋਗੇ ਰਵਾਨਗੀ ਬਰਾਤ ਮਤਲਬ ਮੁੰਡੇ ਦਾ ਵਿਆਹ ਜੇ ਤਾਂ ਲਿਖੋਗੇ ਔਰ ਜੇ ਕੁੜੀ ਦਾ ਵਿਆਹ ਹੈ ਤਾਂ ਤਾਂ ਲਿਖੋਗੇ ਉਸ ਤੋਂ ਬਾਅਦ ਉਹ ਜਿਹੜੇ ਉੜੀਕਵਾਨ ਮਤਲਬ ਰਿਸ਼ਤੇਦਾਰ ਸਮੂਹ ਸੰਬੰਧੀ ਉਹਨਾਂ ਬਾਰੇ ਲਿਖੋਗੇ ਥੱਲੇ ਆਪਣਾ ਫੋਨ ਨੰਬਰ ਲਿਖੋਗੇ ਠੀਕ ਹੈ ਬੱਚਿਓ ਇਹ ਸੀ ਆਪਣਾ ਵਿਆਦਾ ਸੱਦਾ ਪੱਤਰ ਮਤਲਬ ਕਿ ਵਿਆਹ ਲਈ ਜਿਹੜਾ ਕਾਰਡ ਆਪਾਂ ਲਿਖਣਾ ਹੁੰਦਾ ਉਹ ਕਿਸ ਤਰ੍ਹਾਂ ਲਿਖਣਾ ਹੁੰਦਾ ਹੈ ਤੇ ਅੱਗੇ ਆਪਾਂ ਕਰਾਂਗੇ ਧੀ ਦਾ ਜਨਮ ਦਿਨ ਮਨਾਉਣ ਲਈ ਧੀ ਦਾ ਜਨਮ ਦਿਨ ਮਨਾਉਣ ਲਈ ਸੱਦਾ ਪੱਤਰ ਆਪਾਂ ਕਿਸ ਤਰ੍ਹਾਂ ਲਿਖਾਂਗੇ ਲਿਖਾਂਗੇ ਸਰਦਾਰਨੀ ਅਤੇ ਸਰਦਾਰ ਪਰਮਿੰਦਰ ਸਿੰਘ ਪਰਸੰਤਾ ਸਹਿਤ ਇਹ ਸੂਚਿਤ ਕਰਨਾ ਚਾਹੁੰਦੇ ਹਨ ਕਿ ਉਹਨਾਂ ਦੀ ਸੁਪੁੱਤਰੀ ਹਰਮਿੰਦਰ ਦਾ ਜਨਮ ਦਿਨ ਇੱਥੇ ਡੇਟ ਆਏਗੀ ਨੂੰ ਮਨਾਇਆ ਜਾਣਾ ਹੈ ਤੇ ਆਪ ਜੀ ਨੂੰ ਪਰਿਵਾਰ ਸਹਿਤ ਸ਼ਾਮ 5 ਵਜੇ ਪਹੁੰਚਣ ਲਈ ਬੇਨਤੀ ਹੈ ਠੀਕ ਹੈ ਬੱਚਿਓ ਇਸ ਤਰ੍ਹਾਂ ਕੀ ਹੈ ਇਹ ਤੁਹਾਡਾ ਉਹ ਜਨਮ ਦਿਨ ਦਾ ਸੱਦਾ ਪੱਤਰ ਹੋਏਗਾ ਤੇ ਉਸ ਤੋਂ ਬਾਅਦ ਤੁਸੀਂ ਲਿਖੋਗੇ ਤੁਹਾਡੀ ਹਾਜ਼ਰੀ ਲਈ ਸਾਡੇ ਲਈ ਸਭ ਤੋਂ ਵੱਡਾ ਉਪਹਾਰ ਹੋਏਗੀ ਤੇ ਇਸ ਲਈ ਕੋਈ ਤੋਹਫਾ ਲਿਆਉਣ ਦੀ ਖੇਚਲ ਨਾ ਕਰਨਾ ਉਸ ਤੋਂ ਬਾਅਦ ਉਡੀਕਵਾਨ ਸਮੂਹ ਰਿਸ਼ਤੇਦਾਰ ਤੇ ਆਪਣੇ ਘਰ ਦਾ ਜਿਹੜਾ ਐਡਰੈਸ ਠੀਕ ਹੈ ਬੱਚਿਓ ਇਸ ਤੋਂ ਬਾਅਦ ਅੱਗੇ ਆਪਣਾ ਆਏਗਾ ਬੇਟੀ ਦੀ ਲੋੜੀ ਸੰਬੰਧੀ ਇੱਕ ਸੱਦਾ ਪੱਤਰ ਤੁਸੀਂ ਬੇਟੀ ਦੇ ਦੀ ਲੋੜੀ ਜਿਹੜੀ ਹੈ ਮਨਾਉਣੀ ਹੈ तो उस सद्पत्री कि तैयार करो सब तो पहले बेटी की लोहड़ी लख खुशियाँ तो उस जे नजर करे लख खुशिया पातशाही जो सतगुर नजर करे तो अगे असी प्रसन्नता सहज सूचित करते हाँ कि सा बेटी परमिंदर दी पहली लोडी साढ़े ग्रह विखे मतलब इतने लिखोंगे ती डेट लिखोंगे डेट लिख के उसके बाद लिखोगे नूह मनाई जाएगी ते आप तो आप जी ने परिवार सहित शाम को पाँच बजे पहुँचने लेनती है रात का जो खाना है वह इथे ही खाना है इस तरह बच्चों ए हो गया अपना लोहड़ी का बेटी की लोहड़ी का जड़ा है सद् पत् ਤੇ ਉਸ ਤੋਂ ਬਾਅਦ ਤੁਹਾਡਾ ਉਡੀ ਪਾਥਲੇ ਲਿਖਾਂਗੇ ਉਡੀਕਵਾਨ ਆਪਣੇ ਮਤਲਬ ਨੇਮ ਲਿਖਾਂਗੇ ਤੇ ਉਸ ਤੋਂ ਬਾਅਦ ਮਾਤਾ ਪਿਤਾ ਪਰਮਿੰਦਰ ਦੇ ਜਿਹੜਾ ਬੱਚਾ ਹੈ ਉਸ ਦੇ ਉਸ ਦਾ ਘਰ ਦਾ ਐਡਰੈਸ ਤੇ ਫੋਨ ਨੰਬਰ ਠੀਕ ਹੈ ਬੱਚਿਓ ਇਹ ਹੋ ਗਿਆ ਆਪਣਾ ਲੋੜੀ ਲਈ ਸੱਦਾ ਪੱਤਰ ਉਸ ਤੋਂ ਬਾਅਦ ਆ ਗਿਆ ਤੁਹਾਡਾ ਇੱਕ ਪਿੰਡੂ ਖੇਡ ਮੇਲੇ ਲਈ ਸੱਦਾ ਪੱਤਰ ਮਤਲਬ ਕਿ ਤੁਸੀਂ ਕੋਈ ਪਿੰਡ ਵਿੱਚ ਮੇਲਾ ਲਾਉਣਾ ਹੈ ਖੇਡਾਂ ਦਾ ਤੇ ਉਹਦੇ ਲਈ ਜਿਹੜਾ ਹੈ ਸੱਦਾ ਪੱਤਰ ਤੁਸੀਂ ਦੇਣਾ ਹੈ ਉਹ ਕਿਸ ਤਰ੍ਹਾਂ ਲਿਖੋਗੇ ਪਿੰਡੂ ਖੇਡ ਮੇਲਾ ਸਭ ਤੋਂ ਪਹਿਲਾਂ ਹੈਡਿੰਗ ਲਿਖੋਗੇ ਤੇ ਉਸ ਤੋਂ ਬਾਅਦ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੌਜਵਾਨ ਭਲਾਈ ਸਭਾ ਪਿੰਡ ਇੱਥੇ ਪਿੰਡ ਦਾ ਨਾਮ ਆਏਗਾ ਫਿਰ ਇੱਥੇ ਜ਼ਿਲ੍ਹਾ ਆਏਗਾ ਵੱਲੋਂ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਮਿਤੀ ਇੱਥੇ ਡੇਟ ਆਏਗੀ ਵੀ ਇੰਨੀ ਤੋਂ ਇੰਨੀ ਮਿਤੀ ਤੱਕ ਇੱਕ ਪਿੰਡੂ ਖੇਡ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਖੇਡ ਮੇਲੇ ਵਿੱਚ ਕਬੱਡੀ 50 ਕਿਲੋ 75 ਕਿਲੋ ਤੇ ਓਪਨ ਕੁਸ਼ਤੀਆਂ ਰੱਸਾ ਖਿੱਚਣ ਅਤੇ ਬੈਲ ਗੱਡੀਆਂ ਦੀ ਦੌੜ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ ਇਸ ਖੇਡ ਮੇਲੇ ਦਾ ਦੁਗਾਟਨ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸਾਹਿਬ ਸਰਦਾਰ ਡੈਸ਼ ਮਤਲਬ ਇੱਥੇ ਨਾਮ ਲਿਖੋਗੇ ਤੁਸੀਂ ਜੋ ਵੀ ਹੈ ਤਾਂ ਡੇਟ ਇਫਸਰ ਜੀ ਕਰਨਗੇ ਅਤੇ ਇਨਾਮ ਵੰਡਣ ਦੀ ਰਸਮ ਇਲਾਕੇ ਦੇ ਐਮ ਐਲ ਏ ਸਾਹਿਬ ਸਰਦਾਰ ਪ੍ਰਗਟ ਸਿੰਘ ਜੀ ਕਰਨਗੇ ਇਸ ਮੌਕੇ ਤੇ ਇੱਕ ਸੱਭਿਆਚਾਰ ਪ੍ਰੋਗਰਾਮ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਜਾਏਗਾ ਇਸ ਖੇਡ ਮੇਲੇ ਤੇ ਪਹੁੰਚਣ ਲਈ ਸਮੂਹ ਇਹ ਲੱਕਾਨਿਵਾਸੀਆਂ ਨੂੰ ਸੱਦਾ ਹੈ ਠੀਕ ਹੈ ਬੱਚੋ ਇਹ ਤੁਹਾਡਾ ਹੋ ਗਿਆ ਪਿੰਡੂ ਖੇਡ ਮੇਲੇ ਦਾ ਸੱਦਾ ਪੱਤਰ ਤੇ ਉਸ ਤੋਂ ਅੱਗੇ ਹੈ ਆਪਣਾ ਪੁਸਤਕ ਮੇਲੇ ਦੇ ਆਯੋਜਨ ਦੇ ਸੰਬੰਧੀ ਇੱਕ ਸੱਦਾ ਪੱਤਰ ਮਤਲਬ ਕਿ ਕੋਈ ਪੁਸਤਕ ਮੇਲਾ ਤੁਸੀਂ ਲਾ ਰਹੇ ਹੋ ਉਹਦੇ ਲਈ ਜਿਹੜਾ ਹੈ ਸੱਦਾ ਪੱਤਰ ਉਹ ਕਿਵੇਂ ਲਿਖੋਗੇ ਉਹਦੇ ਬਾਰੇ ਆਪਾਂ ਕਰਾਂਗੇ ਚਰਚਾ ਭਾਸ਼ਾ ਪਸ਼ਾ ਵੀ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਦੇਸ਼ ਭਗਤ ਇਆਦਗਾਰ ਹਾਲ ਜਲੰਧਰ ਵਿਖੇ ਮਿਤੀ ਇੱਥੇ ਡੇਟ ਲਿਖੋਗੇ ਤਾਂ ਇੰਨੀ ਡੇਟ ਤੱਕ ਵੀ ਕਦੋਂ ਤੋਂ ਕਦੋਂ ਤੱਕ ਲੱਗਣਾ ਹੈ ਇਹ ਮੇਲਾ ਤੁਹਾਡਾ ਇਸ ਪੁਸਤਕ ਮੇਲੇ ਦਾ ਆਯੋਜਨ ਹੋ ਰਿਹਾ ਹੈ ਤੇ ਇਸ ਮੇਲੇ ਵਿੱਚ ਪੰਜਾਬ ਭਰ ਦੇ ਪੰਜਾਬ ਭਰ ਦੇ ਜਿਹੜੇ ਹੋਣੇ ਪੰਜਾਬ ਭਰ ਦੇ ਪ੍ਰਕਾਸ਼ਕ ਪੁਸਤਕ ਪ੍ਰਦਰਸ਼ਨੀ ਲਾਉਣਗੇ ਠੀਕ ਹੈ ਜੀ ਅ ਇਸ ਮੇਲੇ ਦਾ ਤੁ ਘਾਟਨ ਭਾਸ਼ਾ ਵਿਭਾਗ ਦੇ ਡਾਇਰੈਕਟਰ ਕਰਨਗੇ 5 ਦਿਨਾਂ ਤੱਕ ਚੱਲਣ ਵਾਲੀ ਇਸ ਪੁਸਤਕ ਮੇਲੇ ਵਿੱਚ ਵੱਖ-ਵੱਖ ਵਿਸ਼ਿਆਂ ਉੱਤੇ ਵੱਖ-ਵੱਖ ਭਾਸ਼ਾਵਾਂ ਵਿੱਚ ਪੁਸਤਕਾਂ ਉਪਲਬਧ ਹੋਣਗੀਆਂ ਇਸ ਮੌਕੇ ਤੇ ਇੱਕ ਬਹੁ ਭਾਸ਼ੀ ਕਵੀ ਦਰਬਾਰ ਦਾ ਆਯੋਜਨ ਵੀ ਹੋਏਗਾ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਇਸ ਪੁਸਤਕ ਮੇਲੇ ਵਿੱਚ ਸ਼ਾਮਿਲ ਹੋਣ ਲਈ ਹਾਰਦਿਕ ਸੱਦਾ ਹੈ ਉਸ ਤੋਂ ਬਾਅਦ ਤੁਸੀਂ ਲਿਖੋਗੇ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਜਲੰਧਰ ਜੋ ਕਿ ਤੁਹਾਡਾ ਐਡਰੈਸ ਹੋਏਗਾ ਤੇ ਬੱਚੋ ਇਹ ਆਪਣਾ ਹੈਗਾ ਪੁਸਤਕ ਮੇਲੇ ਤੇ ਆਯੋਜਿਤ ਆਯੋਜਨ ਦੇ ਸਬੰਧ ਵਿੱਚ ਇੱਕ ਸੱਦਾ ਪੱਤਰ ਤੇ ਇਸ ਤਰ੍ਹਾਂ ਜਿਹੜਾ ਹੈ ਅਗਲਾ ਹੈ ਤੁਹਾਡਾ ਸਕੂਲ ਦੀ 11ਵੀਂ ਜਮਾਤ ਦੇ ਵਿਦਿਆਰਥੀਆਂ ਦੇ ਮਾਪਿਆਂ ਤੇ ਅਧਿਆਪਕਾਂ ਦੀ ਮਿਲਣੀ ਸੰਬੰਧੀ ਇੱਕ ਸੱਦਾ ਪੱਤਰ ਤੇ ਇਸ ਵਿੱਚ ਕੀ ਲਿਖੋਗੇ ਮਤਲਬ ਕਿ ਜਿਹੜੀ ਆਪਣੀ ਪੇਰੈਂਟ ਟੀਚਰ ਮੀਟਿੰਗ ਹੁੰਦੀ ਹੈ ਸਕੂਲ ਵਿੱਚ ਉਹਦੇ ਬਾਰੇ ਹੈ ਇਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਦੀ 11ਵੀਂ ਜਮਾਤ ਦੇ ਸਮੂਹ ਵਿਦਿਆਰਥੀਆਂ ਦੇ ਮਾਪਿਆਂ ਤੇ ਅਧਿਆਪਕਾਂ ਦੀ ਇੱਕ ਮਿਲਣੀ ਮਿਤੀ ਇੱਥੇ ਤੁਸੀਂ ਡੇਟ ਲਿਖੋਗੇ ਨੂੰ ਸਵੇਰੇ 10 ਵਜੇ ਹੋ ਰਹੀ ਹੈ ਇਸ ਮੌਕੇ ਤੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਸੰਬੰਧੀ ਉਹਨਾਂ ਦੇ ਮਾਪਿਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਸੰਬੰਧੀ ਉਹਨਾਂ ਦੇ ਮਾਪੇ ਵੀ ਆਪਣੇ ਵਿਚਾਰ ਪੇਸ਼ ਕਰਨਗੇ ਤੇ ਇਸ ਸੰਬੰਧੀ ਇਸ ਮਿਲਣੇ ਵਿਸਮੂ ਵਿਦਿਆਰਥੀਆਂ ਦੇ ਮਾਪਿਆਂ ਦਾ ਸ਼ਾਮਲ ਹੋਣਾ ਲਾਜ਼ਮੀ ਹੈ ਅਗੋਂ ਤੁਸੀਂ ਲਿਖੋਗੇ ਵੱਲੋਂ ਫਿਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇੱਥੇ ਸ਼ਹਿਰ ਦਾ ਨਾਂ ਤੇ ਫੋਨ ਨੰਬਰ ਇਹ ਸੀ ਆਪਣਾ ਜਿਹੜਾ ਹੈ ਮਾਪੇ ਅਧਿਆਪਕ ਮਿਲਣ ਲਈ ਸੱਦਾ ਪੱਤਰ ਤੇ ਬੱਚੋ ਇਹ ਜਿਹੜੇ ਆਪਾਂ 6 ਸੱਦਾ ਪੱਤਰ ਇਸ ਵੀਡੀਓ ਵਿੱਚ ਕੀਤੇ ਹਨ ਤੇ ਸਾਰੇ ਤੁਸੀਂ ਜਿਹੜੇ ਹੈ ਇਹ ਧਿਆਨ ਨਾਲ ਦੇਖਣਾ ਤੇ ਇਹਨਾਂ ਨੂੰ ਪ੍ਰੈਕਟਿਸ ਕਰਨਾ ਇਹ ਤੋਂ ਜਿਹੜੇ ਫਾਈਨਲ ਪੇਪਰ ਹੈ ਇਸ ਵਿੱਚ ਆਉਣਗੇ ਇਸ਼ਤਿਹਾਰ ਤੇ ਸੱਦਾ ਪੱਤਰ ਇਹਨਾਂ ਵਿੱਚੋਂ ਤੁਹਾਨੂੰ ਆਪਸ਼ਨ ਹੋਏਗੀ ਤੁਸੀਂ ਕੋਈ ਇੱਕ ਜਿਹੜਾ ਹੈ ਉਹ ਕਰਨਾ ਹੋਏਗਾ ਤੇ ਅਸੀ ਆਪਣੀ ਵੀਡੀਓ ਵਾਸਤੇ ਜੇ ਤੁਹਾਨੂੰ ਇਹ ਠੀਕ ਲੱਗੀ ਚੰਗੀ ਲੱਗੀ ਸਮਝ ਆਈ ਹੋਵੇ ਤਾਂ ਉਸ ਨੂੰ ਲਾਈਕ ਤੇ ਕਮੈਂਟ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ